ਲੈਂਚ ਕਲੱਬ ਨਡਾਲਾ ਵਿਸ਼ਵਾਸ ਦੇ ਨਵੇਂ ਮੈਂਬਰਾਂ ਦਾ ਸਨਮਾਨ ਕੀਤਾ ਲੈਂਚ ਕਲੱਬ ਨਡਾਲਾ ਵਿਸ਼ਵਾਸ ਵੱਲੋਂ ਨਵੇਂ ਸੈਸ਼ਨ ਦੇ ਸਮਾਸੇਵੀ ਕੰਮ ਆਰੰਭ ਕਰ ਦਿੱਤੇ ਹਨ ਇਸ ਸਬੰਧੀ ਇੱਕ ਪਲੇਠਾ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਮੌਕੇ ਜ਼ਿਲ੍ਹਾ 321 ਡੀ ਦੇ ਗਵਰਨਰ ਹਰਦੀਪ ਸਿੰਘ ਖੜਕਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਕਲੱਬ ਵੱਲੋਂ ਫੈਸਲਾ ਕੀਤਾ ਗਿਆ ਕਿ ਬਤਾ ਵਰਨਨ ਵਿਚ ਪੈ ਰਹੇ ਵਿਗਾੜ ਨੂੰ ਰੋਕਣ ਲਈ ਨਡਾਲਾ ਵਿੱਚ ਇਸ ਬਰਸਾਤੀ ਮੌਸਮ ਵਿੱਚ 1100 ਬੂਟੇ ਲਗਾਏ ਜਾਣਗੇ ਜਿਸ ਦੀ ਸ਼ੁਰੂਆਤ ਅਨਾਜ ਮੰਡੀ ਨਡਾਲਾ ਤੋਂ ਕਰ ਦਿੱਤੀ ਗਈ ਹੈ ਇਸ ਮੌਕੇ ਜਿੱਥੇ ਗਵਰਨਰ ਹਰਦੀਪ ਸਿੰਘ ਖੜਕਾ ਤੇ ਪ੍ਰੋਜੈਕਟ ਡਾਇਰੈਕਟਰ ਐਸਪੀ ਸੌਂਦੀ ਵੱਲੋਂ ਨਵੇਂ ਮੈਂਬਰਾਂ ਮੈਂ ਬినੋਦ ਕੁਮਾਰ ਸੁਮੇਤ ਕੁਮਾਰ ਤੇ ਜਗਿੰਦਰ ਸਿੰਘ ਸਾਹੀ ਦਾ ਇੰਟਰਨੈਸ਼ਨਲ ਪਿੰਨਾ ਲਾ ਕੇ ਅਤੇ ਬਾਕੀ ਅਹੁਦੇਦਾਰਾਂ ਦਾ ਵਿਸ਼ੇਸ਼ ਪਿੰਨਾ ਅਤੇ ਸਰਟੀਫੀਕੇਟ ਨਾਲ ਸਨਮਾਨ ਕੀਤਾ ਗਿਆ ਇਸੇ ਤਰ੍ਹਾਂ ਕਲੱਬ ਵੱਲੋਂ ਦੋਆਂ ਮਹਿਮਾਨਾਂ ਦਾ ਯਾਦਗਾਰੀ ਚਿੰਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਦਰਜੀਤ ਸਿੰਘ ਖੱਖ ਪ੍ਰੋਜੈਕਟ ਚੇਅਰਮੈਨ ਗੁਰਪ੍ਰੀਤ ਸਿੰਘ ਕਲੱਬ ਚੇਅਰਮੈਨ ਗੁਰਵਿੰਦਰਜੀਤ ਸਿੰਘ ਢਿੱਲੋਂ ਵਾਈਸ ਪ੍ਰਧਾਨ ਮਨਜਿੰਦਰ ਸਿੰਘ ਲਾੜੀ ਖਜ਼ਾਨਚੀ ਸੰਦੀਪ ਕੁਮਾਰ ਨਵੇਂ ਮੈਂਬਰ ਸੁਮਿਤ अरोड़ा ਵਿਮਨੋਦ ਕੁਮਾਰ ਨਡਾਲਾ ਮਹਿੰਦਰਪਾਲ ਸੇਵਕ ਅਤੇ ਹੋਰ ਹਾਜ਼ਰ ਸਨ